ਕੰਪਲੇਨ ਤੇ ਜਦੋਂ ਗਿਆ ਤੇ ਜਦੋਂ ਟੈਂਕ ਭਰ ਗਿਆ ਤੇ ਇਹਨੇ ਕਿਹਾ ਵੀ ਮੈਂ ਦਾਣੇ ਆਦੇ ਵਿੱਚ ਪਾ ਦਿਆਂ ਟੈਂਕ ਦੇ ਤਾਰ ਲੱਗ ਗਈ ਇਹਦੇ ਧੋਣ ਨੂੰ ਮੈਂ ਅਗਲੇ ਪਾਸੇ ਗਿੱਚੀ ਕੋਲੇ ਉੱਥੋਂ ਤਾਰ ਨੇ ਛੱਡਿਆ ਨਹੀਂ ਇਹਨੂੰ ਜੀ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਜੀ। ਕਿੰਨੀ ਉਮਰ ਆ? ਮੇਰੀ ਉਮਰ ਜੀ 19 ਸਾਲਾਂ ਦੀ ਹੈ ਜੀ। ਕੀ ਗੱਲ ਹੋਈ ਸੀਗੀ ਯਾਰ? ਇਹ ਕੰਪੈਨ 'ਤੇ ਸੀ ਗਈ ਮੈਂ, ਜਾਂਦਾ ਸੀ ਸੀਜ਼ਨ ਲਾਉਂਦੇ ਸੀ ਅਤੇ ਜੀ ਉੱਥੋਂ ਹੀ ਕੰਪੈਨ 'ਤੇ ਹਾਦਸਾ ਹੋ ਗਿਆ ਜੀ ਮੇਰੇ ਨਾਲ। ਕਿਵੇਂ ਕੀ ਹੋਇਆ ਹਾਦਸਾ? ਇਹ ਜੀ ਮੈਂ ਟੈਂਕ ਭਰ ਗਿਆ ਸੀਗਾ ਜੀ ਦਾਣਿਆਂ ਦਾ ਅਤੇ ਜੀ ਉਹ ਮੈਂ ਕਿਤੇ ਜ਼ਿਮੀਂਦਾਰ ਦਾ ਨੁਕਸਾਨ ਨਾ ਹੋ ਜਾਵੇ ਮੈਂ ਜੀ ਉਹ ਇਕੱਠੇ ਕਰਨਾ ਅਤੇ ਦਾਣੇ ਤਾਂ ਚਾੜਨ ਲੱਗਾ ਸੀਗਾ ਜੀ ਤੇ ਉਹ ਮੈਨੂੰ ਜੀ ਖਿਆਲ ਨਹੀਂ ਆਇਆ ਜੀ ਤਾਰਾਂ ਸੀ ਤਾਂ ਤੇ ਉਹ ਮੇਰੇ ਸਿਰ ਲੱਗ ਗਿਆ ਜੀ ਤਾਰਾਂ ਨਾਲ ਜਾ ਕੇ ਤੇ ਉੱਥੋਂ ਹੀ ਮੈਨੂੰ ਬਿਜਲੀ ਲੱਗ ਗਈ ਜੀ ਮੇਰੇ ਆਹ ਦੋਨੇ ਹੱਥ ਕੱਟਣੇ ਪੈ ਗਏ। ਕਿਹੜੀ ਕਲਾਸ 'ਚ ਪੜ੍ਹਦੇ ਸੀਗੇ? ਕੀ ਮਜਬੂਰੀ ਸੀਗੀ ਵੀ ਕੰਮ ਕਰਨਾ ਪਿਆ? ਇਹ ਜੀ ਮੇਰੇ ਡੈਡੀ ਦੇ ਥੋੜ੍ਹੀ ਸੱਟ ਵੱਜ ਗਈ ਸੀ ਅਤੇ ਇਹਨਾਂ ਦੀ ਪੱਸਲੀਆਂ ਇਹਨਾਂ ਦੀਆਂ ਉਹ ਹੋ ਗਈ ਅਤੇ ਉਹਦੇ ਕਾਰਨ ਜੀ ਮੈਨੂੰ 9ਵੀਂ 'ਚੋਂ ਹਟਣਾ ਪੈ ਗਿਆ ਜੀ ਅਤੇ ਘਰ ਦੇ ਕੰਮ ਕੁੰਮ ਕਰਨ ਲੱਗ ਗਏ ਜੀ ਮੈਂ ਦਿਹਾੜੀ ਜਾਣ ਲੱਗ ਗਿਆ 9ਵੀਂ 'ਚ ਸੀਗਾ ਜੀ ਅਤੇ ਜੀ ਉੱਥੋਂ ਮੈਨੂੰ ਕਲਾਸ ਛੱਡਣੀ ਪੈ ਗਈ ਆਪਦੀ। ਕਿੰਨਾ ਚਿਰ ਹੋ ਗਿਆ ਛੱਡੇ ਨੂੰ? ਮੈਨੂੰ 2 ਸਾਲ ਹੋ ਗਏ ਜੀ ਛੱਡੇ ਨੂੰ। ਕੀ ਅਪੀਲ ਕਰੋਗੇ ਸਰਕਾਰ ਤੋਂ? ਮੈਂ ਤਾਂ ਇਹੀ ਅਪੀਲ ਕਰਦਾ ਜੀ ਮੈਨੂੰ ਕੋਈ ਚੰਗੀ ਨੌਕਰੀ ਮਿਲ ਜੇ ਅਤੇ ਜੀ ਬਸ ਇਹੀ ਕਹਿੰਦਾ ਜੀ ਮੈਂ ਤਾਂ ਸਰਕਾਰ ਨੂੰ। ਲੜਕਾ ਜੀ ਕੰਪੈਨ 'ਤੇ ਗਿਆ ਸੀਗਾ ਸੀਜ਼ਨ ਲਾਉਣ ਅਤੇ ਕੰਪੈਨ 'ਤੇ ਜਦੋਂ ਗਿਆ ਅਤੇ ਇਹਨੇ ਅਜੇ 1-2 ਦਿਨ ਹੀ ਲਾਏ ਕੰਪੈਨ ਝੋਨਾ ਵੱਢਦਿਆਂ ਨੂੰ ਟੈਂਕ ਭਰ ਗਿਆ। ਜਦੋਂ ਟੈਂਕ ਭਰ ਗਿਆ ਅਤੇ ਇਹਨੇ ਕਿਹਾ ਵੀ ਮੈਂ ਦਾਣੇ ਆਦੇ ਵਿੱਚ ਪਾ ਦਿਆਂ ਟੈਂਕ ਦੇ ਫਿਰ ਕੋਈ ਪਤਾ ਨਹੀਂ ਲੱਗਾ ਤਾਰ ਦਾ ਨਾ ਤਾਂ ਇਹਨੂੰ ਪਤਾ ਲੱਗਾ ਨਾ ਡਰਾਈਵਰ ਨੂੰ ਕਿਸੇ ਨੂੰ ਪਤਾ ਨਹੀਂ ਲੱਗਾ ਅਤੇ ਇਹ ਜੀ ਤਾਰ ਲੱਗ ਗਈ ਇਹਦੇ ਧੋਣ ਨੂੰ ਮੈਂ ਅਗਲੇ ਪਾਸੇ ਗਿੱਚੀ ਕੋਲੇ ਉੱਥੋਂ ਤਾਰ ਨੇ ਛੱਡਿਆ ਨਹੀਂ ਇਹਨੂੰ ਜੀ ਇਹ ਘੱਟ ਤੋਂ ਘੱਟ ਵੀ 1.5 ਮਿੰਟ ਤਾਰ ਨਾਲ ਲੱਗਾ ਰਿਹਾ ਮੁੜ ਕੇ ਜਦੋਂ ਹੱਥ ਛੁੱਟੇ ਅਤੇ ਫਿਰ ਡਿੱਗ ਪਿਆ ਥੱਲੇ ਫਿਰ ਲੈ ਕੇ ਗਏ ਹਸਪਤਾਲ ਲੈ ਕੇ ਗਏ ਚੱਕ ਕੇ। ਕੀ ਮਜਬੂਰੀਆਂ ਰਹੀਆਂ ਵੀ ਕੰਬਾਈਨ ਤੇ ਪੜ੍ਹਾਈ ਛੱਡ ਕੇ ਜਾਣਾ ਪਿਆ ਇਹਨੂੰ? ਮੇਰੀ ਪੱਸਲੀਆਂ 2 ਟੁੱਟ ਗਈਆਂ ਸੀਗੀਆਂ ਜੀ ਮੋਟਰਸਾਈਕਲ 'ਚੋਂ ਐਕਸੀਡੈਂਟ ਹੋ ਗਿਆ ਸੀ ਇਹਦੇ ਕਰਕੇ ਇਹਨੂੰ ਕੰਮ ਕਰਨਾ ਪੈ ਗਿਆ। ਮੈਨੂੰ ਕਹਿੰਦਾ ਸੀ ਵੀ ਪੈਸਿਆਂ ਪੂਆਂ ਦਾ ਔਖਾ ਹੋ ਗਿਆ ਅਤੇ ਸਾਨੂੰ ਕੰਮ ਮੈਨੂੰ ਕਰ ਲੈਣ ਦੇ ਮੈਂ ਰੋਕਿਆ ਵੀ ਬਹੁਤ ਸੀਗਾ ਵੀ ਤੂੰ ਪੜ੍ਹ ਲਾ ਇਹ ਕਹਿੰਦਾ ਵੀ ਆਪਾਂ ਰੋਟੀ ਤੋਂ ਤਾਂ ਬੈਠੇ ਹਾਂ ਤੇਰੀ ਦਵਾਈ ਬੂਟੀ ਵੀ ਲੈਣੀ ਹੈ। ਫਿਰ ਜੇ ਹਟ ਗਿਆ ਹਟ ਕੇ 2 ਸਾਲ ਹਟਿਆ ਰਿਹਾ ਸਕੂਲੋਂ ਜਾਣ ਤੋਂ ਮੈਂ ਵੀ ਠੀਕ ਹੋ ਗਿਆ ਨਾਲ ਮੈਂ ਮੇਰੇ ਨਾਲ ਕੰਮ ਧੰਦਾ ਕਰਾਉਂਦਾ ਰਿਹਾ ਸੈਲਰ 'ਚ ਲੱਗਾ ਰਿਹਾ ਵੀ ਬਹੁਤ ਜ਼ਿਆਦਾ ਕੰਮ ਕਰਦਾ ਸੀਗਾ ਥੱਕਦਾ ਨਹੀਂ ਸੀ ਕੰਮ ਕਰਨ ਦਾ ਅਸੀਂ ਦੋਵੇਂ ਪਿਓ ਪੁੱਤ ਕੰਮ 'ਤੇ ਜਾਂਦੇ ਰਹੇ ਅਸੀਂ ਦਿਹਾੜੀ ਵੀ ਬਹੁਤ ਰਾਤ ਨੂੰ 12-12 ਵਜੇ ਤੀਕਰ ਲੱਗੇ ਰਹੇ ਅਤੇ ਹਮਦਾ ਨਹੀਂ ਹੁੰਦਾ ਡੈਡੀ ਹੋਰ ਕੰਮ ਕਰ ਲਈਏ ਆਪਾਂ ਹੋਰ ਪੈਸੇ ਬਣ ਜਾਣਗੇ ਆਪਾਂ ਨੂੰ ਹੋਰ ਕੰਮ ਕਰ ਲਈਏ ਹੋਰ ਪੈਸੇ ਬਣ ਜਾਣਗੇ। ਇਹ ਮੁੰਡਾ ਮੇਰਾ ਬਹੁਤ ਲਾਇਕ ਬਹੁਤ ਨਸ਼ੇ ਪੁੱਤ ਤੋਂ ਜਮ੍ਹਾਂ ਰਹਿਤ ਸੀ ਜੀ ਕੋਈ ਨਸ਼ਾ ਲਾ ਬੀੜੀ ਸਿਗਰਟ ਕੋਈ ਨਸ਼ਾ ਤਾਂ ਟੱਚ ਕਰਦਾ ਹੀ ਨਹੀਂ ਸੀ ਸਿਰਫ ਰੋਟੀ ਖਾਂਦਾ ਸੀ ਬਸ ਰੋਟੀ ਤੋਂ ਬਾਅਦ ਹੋਰ ਕੋਈ ਨਸ਼ੇ ਬਾਰੇ ਤਾਂ ਝਾਕਦਾ ਵੀ ਨਹੀਂ ਸੀਗਾ। ਉਹ ਪਿੰਡ ਦੇ ਵਿੱਚੋਂ ਵੀ ਕੋਈ ਬੰਦਾ ਇਹਨੂੰ ਕਹਿ ਦਿੰਦਾ ਵੀ ਮੇਰੇ ਨਾਲ ਕੁਛ ਕੰਮ 'ਤੇ ਚੱਲ ਇਹਨੂੰ ਫਟਾਫਟ ਬਹਿ ਜਾਣਾ ਕੰਮ 'ਤੇ ਜਾ ਵੜਨਾ ਉਹਦੇ ਕੋਈ ਜਿੰਨੇ ਮਰਜ਼ੀ ਪੈਸੇ ਕਿਸੇ ਨੇ ਜੇ 100 ਦਿੱਤਾ 50 ਦਿੱਤੇ ਇਹਨੇ ਲੈ ਜੇਬ 'ਚ ਪਾ ਲੈਣੇ ਇਹਨੇ ਦੁਬਾਰਾ ਨਹੀਂ ਕਹਿਣਾ ਵੀ ਮੇਰੇ ਪੈਸੇ ਬਣਦੇ ਸੀ
ਜਾਂ ਮੈਨੂੰ ਇੰਨੇ ਪੈਸੇ ਦੇ ਦੇ, ਨਹੀਂ ਕਹਿਣਾ ਬਸ ਜਿੰਨੇ ਦੇ ਤੇ ਮੈਨੂੰ ਠੀਕ ਹੈ ਜੀ। ਕੀ ਅਪੀਲ ਕਰੋਗੇ ਸਰਕਾਰ ਤੋਂ? ਅਪੀਲ ਇਹੀ ਕਰਦੇ ਜੀ ਇਹਨੂੰ, ਕੋਈ ਵੀ ਸਾਡਾ ਵੀ ਨਾਲ ਗੁਜ਼ਾਰਾ ਹੋਵੇ, ਸਾਨੂੰ ਵੀ ਮਾੜਾ ਮੋਟਾ ਹੋਵੇ, ਵੀ ਸਾਡਾ ਪੁੱਤ ਤਾਂ ਜਵਾਨ ਸੀਗਾ ਪਹਿਲਾਂ ਹੀ ਬਹੁਤ ਕਮਾਈ ਕਰਦਾ, ਇਹ ਨਾ ਹੋਵੇ ਵੀ ਇਹ ਤਾਂ ਹੁਣ ਬੈਠਾ ਹੀ ਬੈਠਾ ਦੋਵੇਂ ਹੱਥ ਹੈ ਨਹੀਂ ਗਏ। ਕੋਈ ਇਹੋ ਜਿਹਾ ਇਹਨੂੰ ਸਰਕਾਰ ਕੋਈ ਕਰੇ ਵੀ ਕੋਈ ਨੌਕਰੀ, ਕੋਈ ਇਹੋ ਜਿਹੀ ਜਿਹੜੀ ਇਹਦੇ ਕਰਨ ਵਾਲੀ ਆ, ਉਨੀ ਗੱਲ ਦੀ ਨੌਕਰੀ ਦੇ ਦੇਵੇ ਸਾਨੂੰ, ਸਾਨੂੰ ਬਹੁਤ ਵਧੀਆ ਲੱਗੂਗਾ। ਸਰਕਾਰ ਤੋਂ ਇਹੀ ਮੰਗ ਕਰਦੇ ਜੀ। ਇਹਨਾਂ ਜੀ ਮੁੰਡਾ ਆਕਾਸ਼ਦੀਪ ਆ, ਇਹ ਬਹੁਤ ਗਰੀਬ ਪਰਿਵਾਰ 'ਚੋਂ ਆ ਜੀ। ਇਹ ਆ ਦੇ ਮਾਤਾ ਪਿਤਾ ਖੜ੍ਹੇ ਆ, ਇਹ ਆ ਬਾਈ ਜੀ ਸਾਡੇ ਖੜ੍ਹੇ ਆ ਦੌਲਤਪੁਰੇ ਤੋਂ, ਇਹਨਾਂ ਦੀ ਕੰਬਾਈਨ 'ਤੇ ਹੈਲਪਰ ਬਤੌਰ ਲੱਗਾ ਹੋਇਆ ਸੀ। ਅਤੇ ਆ ਬਾਈ ਜੀ ਖੜ੍ਹੇ ਆ ਰਾਮ ਸਿੰਘ ਲੌਂਗਦੇਵਾ ਤੋਂ, ਇਹਨਾਂ ਦੇ ਖੇਤ ਵਿੱਚ ਇਹ ਝੋਨੇ ਦੀ ਜਿਹੜੀ ਕਟਾਈ ਆ ਉਹ ਕਰ ਰਹੇ ਸੀ। ਉੱਥੇ ਇੱਕ ਉੱਪਰ ਦੀ ਇਹਨਾਂ ਦੇ ਬਾਈ ਜੀ ਦੇ ਘਰ ਨੂੰ ਤਾਰ ਆਉਂਦੀ ਆ 24 ਵੋਲਟੇਜ ਦੀ, ਉਹ ਉੱਪਰ ਦੀ ਤਾਰ ਲੰਘ ਰਹੀ ਸੀ ਅਤੇ ਜਿਹੜਾ ਟੈਂਕ ਆ ਉਹ ਦਾਣਿਆਂ ਨਾਲ ਭਰ ਗਿਆ। ਅਤੇ ਉਹ ਜਿਹੜਾ ਆਕਾਸ਼ਦੀਪ ਸੀ ਇਹ ਦੂਰ ਬੈਠਾ ਸੀ, ਇਹ ਦੇਖ ਰਿਹਾ ਸੀ ਵੀ ਟੈਂਕ ਭਰ ਗਿਆ, ਇਹ ਦਾਣੇ ਠੀਕ ਕਰਨ ਲਈ ਉੱਪਰ ਚੜ੍ਹਿਆ ਵੀ ਦਾਣੇ ਥੱਲੇ ਡੋਲਣਗੇ, ਅਤੇ ਤਾਰ ਦਾ ਖਿਆਲ ਨਹੀਂ ਰਿਹਾ। ਉਹ ਤਾਰ ਦੇ ਨਾਲ ਇਹਦੀ ਮਗਰੋਂ ਧੌਣ ਲੱਗ ਗਈ, ਮੂਹਰੇ ਹੱਥ ਜਿਹੜੇ ਉਹ ਕੰਬਾਈਨ ਨੂੰ ਪੈ ਗਏ। ਤੋ ਜਿੰਨਾ ਚਿਰ ਇਹਨੂੰ 1.5 ਮਿੰਟ ਲਾਈਟ ਲੱਗੀ ਰਹੀ, ਜਿੰਨਾ ਚਿਰ ਇਹਦੇ ਹੱਥਾਂ 'ਚੋਂ ਲਹੂ ਮੱਚਿਆ ਨਹੀਂ, ਹੱਥ ਸੜ ਕੇ ਸਵਾਹ ਨਹੀਂ ਹੋ ਗਏ, ਉਨਾ ਚਿਰ ਬਿਜਲੀ ਨੇ ਇਹਨੂੰ ਛੱਡਿਆ ਨਹੀਂ। ਬਾਅਦ ਦੇ ਵਿੱਚ ਜਦੋਂ ਥੱਲੇ ਡਿੱਗਿਆ, ਬਾਈ ਜੀ ਹੁਣੀ ਉੱਥੇ ਸੀਗੇ ਰਾਮ ਸਿੰਘ ਅਤੇ ਬਾਈ ਜੀ ਦੌਲਤਪੁਰੇ ਵਾਲੇ, ਇਹਨਾਂ ਨੇ ਦਬਾ ਦਬ ਉੱਥੋਂ ਚੱਕਿਆ, ਇਹਨੂੰ ਸੁਖਮਨੀ ਹੋਸਪਿਟਲ ਆ ਜਿਹੜਾ ਜੀਰੇ ਉੱਥੇ ਐਡਮਿਟ ਕਰਵਾਤਾ। ਉੱਥੇ ਹੱਥਾਂ ਦੀ ਇਹਦੀ ਹਾਲਤ ਦੇਖ ਕੇ, ਨਾਜੁਕ ਹੱਥਾਂ ਦੀ ਹਾਲਾਤ ਬਹੁਤ ਨਾਜੁਕ ਸੀਗੇ, ਅਤੇ ਉਹ ਹੱਥ ਇਹਦੇ ਕੱਟਣੇ ਪੈ ਗਏ ਦੋਨੇ। ਮਗਰ ਗਿੱਚੀ ਜਿਹੜੀ ਇਹਦੀ ਆ ਜਿੱਥੇ ਇਹਨੂੰ ਕਰੰਟ ਲੱਗਾ ਸੀ ਉੱਥੇ ਬਹੁਤ ਮੁੰਡੂੰਗਾ ਟੋਆ ਪੈ ਗਿਆ, ਉੱਥੇ ਇਹਦੀ ਰੀੜ੍ਹ ਦੀ ਹੱਡੀ ਦਿਖ ਰਹੀ ਆ, ਅਤੇ ਇੱਕ ਇਹਦਾ ਕੰਨ ਕੱਟਣਾ ਪੈ ਗਿਆ। ਇਹਨਾਂ ਨੇ ਬਾਈ ਜੀ ਉਹਨਾਂ ਨੇ ਲਾ ਇਹਨਾਂ ਨੇ ਬਹੁਤ ਮਦਦ ਕੀਤੀ ਰਾਮ ਸਿੰਘ ਨੇ, ਅਤੇ ਇਹਨਾਂ ਨੇ ਅਤੇ ਬਾਕੀ ਪਿੰਡ ਵਾਸੀਆਂ ਨੇ ਵੀ ਇਸ ਪਰਿਵਾਰ ਦੀ ਬਹੁਤ ਮਦਦ ਕੀਤੀ। ਹੁਣ ਘਰ ਵੀ ਇਹ ਕਿਸੇ ਦੇ ਤੇ ਰਹਿ ਰਹੇ ਆ, ਇੱਥੇ ਆਪਦਾ ਘਰ ਇਹਨਾਂ ਦਾ ਉੱਧਰ ਆ, ਉਹਦੀ ਬਹੁਤ ਜਿਹੜੀ ਹਾਲਤ ਆ ਉਹ ਖਸਤਾ। ਹੁਣ ਇਹ ਗਰੀਬ ਪਰਿਵਾਰ ਹੋਣ ਦੇ ਨਾਂ 'ਤੇ ਸਾਡੇ ਵੱਲੋਂ ਤੁਹਾਨੂੰ ਬੁਲਾਇਆ ਗਿਆ ਸੀ, ਤੁਹਾਡਾ ਧੰਨਵਾਦ ਇੱਥੇ ਆਇਆਂ ਦਾ, ਕਿਉਂਕਿ ਗਰੀਬ ਦਾ ਸਹਾਰਾ ਇੱਕ ਮੀਡੀਆ ਬਹੁਤ ਵਧੀਆ ਜ਼ਰੀਆ। ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਸਾਰੇ ਨਗਰ ਵੱਲੋਂ NRI ਵੀਰਾਂ ਨੂੰ, ਜਿਹੜੇ ਸਮਾਜ ਸੇਵੀ ਸੰਸਥਾਵੇ ਨੇ ਉਹਨਾਂ ਨੇ ਉਹਨਾਂ ਨੂੰ ਕਿ ਇਸ ਬੱਚੇ ਦੀ ਇਹਦੀ ਉਮਰ ਵੀ ਜਿਹੜੀ 19 ਸਾਲ ਆ, ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਸਰਕਾਰ ਨੂੰ, ਚੰਨੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਬੱਚੇ ਨੂੰ ਵੀ ਕੋਈ ਯੋਗ ਅਪੰਗ ਜਿਵੇਂ ਆਪਾਂ ਕਹਿ ਦਿੰਦੇ ਹਾਂ, ਉਹਦੇ ਯੋਗ ਜੇ ਕੋਈ ਨੌਕਰੀ ਬਣਦੀ ਹੈ ਤਾਂ ਇਸ ਬੱਚੇ ਨੂੰ ਜ਼ਰੂਰ ਦਿੱਤੀ ਜਾਵੇ। ਇਹ ਜਿਹੜਾ ਪਰਿਵਾਰ ਦਾ ਪਾਲਣ ਪੋਸ਼ਣ ਆ, ਇਹ ਬੇਟਾ ਕੰਮ ਬਹੁਤ ਕਰਦਾ ਸੀ ਸਾਰੇ ਨਗਰ ਦੇ ਵਿੱਚ, ਬਹੁਤ ਇਹਦੀ ਹਰਮਨ ਪਿਆਰਤਾ ਸੀ, ਨਸ਼ੇ ਪੱਤੇ ਤੋਂ ਰਹਿਤ ਸੀ, ਇਸ ਕਰਕੇ ਇਸ ਪਰਿਵਾਰ ਦਾ ਜਿਹੜਾ ਗੁਜ਼ਾਰਾ ਚੱਲਦਾ ਰਹੇ। ਸੋ ਇਹੀ ਬੇਨਤੀਆਂ ਕੀਤੀਆਂ ਜਾਂਦੀਆਂ ਜੀ। ਮਦਦ ਇੱਦਾਂ ਜੀ ਵੀ ਗਰੀਬ ਪਰਿਵਾਰ ਆ, ਇਨਸਾਨੀਆ ਤੌਰ 'ਤੇ ਇਹਨੂੰ ਚੱਕਿਆ ਸੀ, ਜੋ ਕੁਦਰਤ ਦਾ ਭਾਣਾ ਸੀ ਉਹ ਜਾਣੀ ਬਹੁਤ ਕਰੋਪ ਹੋ ਗਿਆ, ਇੱਥੇ ਇਨਸਾਨੀਆ ਤੌਰ 'ਤੇ ਅਸੀਂ ਚੱਕਿਆ, ਅਤੇ ਜੋ ਪੈਸਾ ਲੱਗਾ ਅਸੀਂ ਲਾਇਆ ਰਲ ਮਿਲ ਕੇ ਜਿਵੇਂ ਵੀ ਹੋਇਆ। ਹੁਣ ਇਹਦੇ 'ਤੇ ਹਜੇ ਹੋਰ ਕਾਫੀ ਖਰਚਾ ਆ ਰਿਹਾ, ਵੀ ਜਾਣੀ ਹੱਥ ਲਵਾਉਣ ਤਾਂ ਵੀ ਸਾਡੀ ਸੋਚ ਹੈ ਵੀ ਇਹਦੇ ਹੱਥ ਲੱਗ ਜਾਣ ਕਿਸ ਤਰੀਕੇ ਨਾਲ, ਇਲੈਕਟ੍ਰੀਕਲ ਜਿਹੜੇ ਆ ਰਹੇ ਆ। ਅਤੇ ਵੱਧ ਤੋਂ ਵੱਧ ਵੀ NRI ਵੀਰਾਂ ਨੂੰ ਜਾਂ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਇਹਦੀ ਹੈਲਪ ਕੀਤੀ ਜਾਵੇ। ਸਰਕਾਰ ਤੋਂ ਕੀ ਅਪੀਲ ਕਰੋਗੇ? ਸਰਕਾਰ ਤੋਂ ਇਹ ਵੀ ਇਹਨੂੰ ਜੋ ਵੀ ਇਹਦਾ ਬਣਦਾ ਯੋਗ ਹੈਗਾ, ਕੋਈ ਜਾਂ ਇਹਦੇ ਨੌਕਰੀ ਦਾ ਬਣਦਾ ਜਾਂ ਕੋਈ ਹੋਰ ਮਦਦ ਹੋਵੇ, ਸਰਕਾਰ ਨੂੰ ਬੇਨਤੀ ਕਰਦੇ ਮਦਦ ਕਰਨੀ ਚਾਹੀਦੀ ਹੈ ਜੀ।